हां जी दोस्तों सत श्री अकाल ਆਪਾਂ ਪਹੁੰਚੇ ਆਂ ਮੁਦਕੀ ਦੇ ਨੇੜੇ ਫਰੋਜ शाह ਪਿੰਡ ਜਿੱਥੇ ਸਿੱਖਾਂ ਤੇ ਅੰਗਰੇਜ਼ ਫੌਜ ਦੇ ਵਿਚਕਾਰ ਗਹਿਗੱਚ ਮੁਕਾਬਲਾ ਹੋਇਆ ਸੀ 1845 ਵਿੱਚ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਇੱਕ ਆਪਣੇ ਸੈਨਾਪਤੀ ਦੀ ਗਵਾਰੀ ਦੇ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਸਨ 1845-46 ਦੇ ਵਿੱਚ ਅੰਗਰੇਜ਼ਾਂ ਤੇ ਸਿੱਖਾਂ ਵਿਚਾਲੇ ਹੋਏ ਪਹਿਲੇ ਯੁੱਧ ਦੀ ਏ ਪਹਿਲੀ ਲੜਾਈ ਸੀ ਤੇ ਜੋ ਤੁਸੀਂ ਯਾਦਗਾਰ ਵੇਖ ਰਹੇ ਹੋ ਉਸੇ ਲੜਾਈ ਦੇ ਨਾਲ ਸੰਬੰਧਿਤ ਇਹ ਯਾਦਗਾਰ ਹੈ ਮਹਾਨ ਵਿਰਾਸਤ ਹੈ ਬੇਸ਼ੱਕ ਇਹਦੀ ਹਾਲਤ ਜਿਹੜੀ ਬੜੀ ਖਰਾਬ ਹੋ ਗਈ ਹੈ ਖੰਡਰ ਜਾਂ ਬਣਦੀ ਜਾ ਰਹੀ ਹੈ ਤੇ ਗੱਲ ਕਰੀਏ ਲੜਾਈ ਦੀ ਇਹ ਲੜਾਈ 18 ਦਸੰਬਰ 1845 ਇਸਵੀ ਨੂੰ ਇਹ ਮੁਦਕੀ ਦੇ ਸਥਾਨ ਤੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇਹ ਹੋਈ ਏ ਤੇ ਇਹ ਫਿਰੋਜ਼ਪੁਰ ਇਥੋਂ ਥੋੜੀ ਦੂਰ ਦੇਵੇ ਅੰਗਰੇਜ਼ ਪਿਛਲੇ ਕਈ ਸਾਲਾਂ ਤੋਂ ਪੰਜਾਬ ਉੱਤੇ ਆਪਣਾ ਕਬਜ਼ਾ ਕਰਨ ਦੀ ਵਿਉਂਤ ਬਣਾ ਰਹੇ ਸਨ ਤੇ ਪੰਜਾਬ ਉੱਤੇ ਹਮਲਾ ਕਰਨ ਦਾ ਬਹਾਨਾ ਲੱਭ ਰਹੇ ਸਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਦੇਹਾਂਤ ਜਿਹੜਾ ਕਿ 1839 ਦੇ ਵਿੱਚ ਹੋਇਆ ਸੀ ਉਸ ਤੋਂ ਪਿੱਛੋਂ ਲਾਹੌਰ ਦਰਬਾਰ ਵਿੱਚ ਹੋਈਆਂ ਅਨਸੁਖਾਵੀਆਂ ਘਟਨਾਵਾਂ ਉਹਨਾਂ ਤੋਂ ਫਾਇਦਾ ਉਠਾ ਕੇ ਲਾਹੌਰ ਦੇ ਉੱਚ ਅਧਿਕਾਰੀਆਂ ਜਿਵੇਂ ਕਿ ਉਸ ਟਾਈਮ ਪ੍ਰਧਾਨ ਮੰਤਰੀ ਰਾਜਾ ਲਾਲ ਸਿੰਘ ਅਤੇ ਖਾਲਸਾ ਫੌਜ ਦੇ ਕਮਾਂਡਰ ਰਾਜਾ ਤੇਜ ਸਿੰਘ ਨੂੰ ਅੰਗਰੇਜ਼ਾਂ ਦੀ ਮਦਦ ਕਰਨ ਅਤੇ ਖਾਲਸਾ ਫੌਜ ਨੂੰ ਧੋਖਾ ਦੇਣ ਦੀ ਡੂੰਗੀ ਚਾਲ ਚੱਲਣ ਦੀ ਯੋਜਨਾ ਯੁੱਧ ਤੋਂ ਪਹਿਲਾਂ ਹੀ ਬਣਾ ਲਈ ਸੀ 11 ਦਸੰਬਰ 1845 ਈਸਵੀ ਨੂੰ ਖਾਲਸਾ ਫੌਜ ਨੇ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਅਗਵਾਈ ਹੇਠ ਦਰਿਆ ਸਤਲੁਜ ਨੂੰ ਪਾਰ ਕੀਤਾ ਅਤੇ 13 ਦਸੰਬਰ 1845 ਨੂੰ ਲਾਰਡ ਹਾਰਡਿੰਗ ਗਵਰਨਰ ਜਨਰਲ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਉਸ ਵੇਲੇ ਅੰਗਰੇਜ਼ਾਂ ਕੋਲ ਫਿਰੋਜ਼ਪੁਰ ਵਿੱਚ ਸਿਰਫ 8000 ਸੈਨਿਕ ਸਨ ਜੇਕਰ ਲਾਲ ਸਿੰਘ ਉਸ ਸਮੇਂ ਹਮਲਾ ਕਰ ਦਿੰਦਾ ਤਾਂ ਅੰਗਰੇਜ਼ਾਂ ਦੀ ਹਾਰ ਪੱਕੀ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਸਗੋਂ ਪ੍ਰੋਇਪੁਰ ਦੇ ਸਹਾਇਕ ਏਜੰਟ ਨਿਕਲਸਨ ਦੀ ਸਲਾਹ ਨਾਲ ਸਿੱਖ ਸੈਨਾ ਨੂੰ ਪਹਿਲਾਂ ਹੀ ਮਿਥੀ ਵਿਵੰਤ ਅਨੁਸਾਰ ਖਿਲਾਰ ਦਿੱਤਾ ਇੱਕ ਡਿਵੀਜ਼ਨ ਨੂੰ ਲੁਧਿਆਣਾ ਭੇਜ ਦਿੱਤਾ ਗਿਆ ਇੱਕ ਨੇ ਸ਼ਾਮ ਸਿੰਘ ਅਟਾਰੀਵਾਲਾ ਦੀ ਅਗਵਾਈ ਹੇਠ ਹਰੀਕੇ ਵਿੱਚ ਪੜਾ ਕਰ ਲਿਆ ਦੋ ਡਿਵੀਜ਼ਨਾਂ ਦੀ ਅਗਵਾਈ ਫਿਰੋਜ਼ਪੁਰ ਦੇ ਨੇੜੇ ਤੇਜਾ ਸਿੰਘ ਕਰ ਰਿਆ ਸੀ ਅਤੇ ਬਾਕੀ ਫੌਜ ਫਿਰੋਜ਼ਪੁਰ ਵਿੱਚ ਲਾਲ ਸਿੰਘ ਦੇ ਕੋਲ ਸੀ ਸੈਕਸ ਇਹਨਾਂ ਨੂੰ ਉਦੋਂ ਤੱਕ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਜਦੋਂ ਤੱਕ ਸਰ ਹਿਉਂਗ ਗਰਾਫ ਦੀ ਅਗਵਾਈ ਹੇਠ ਅੰਗਰੇਜ਼ ਫੌਜ ਜਿਹਦੇ ਵਿੱਚ 12000 ਸੈਨਿਕ 48 ਤੋਪਾਂ ਤੇ 4 ਘੋੜਸਵਾਰ ਤੋਪਖਾਨੇ ਉਸ ਦਾ ਦਸਤਾ ਸ਼ਾਮਲ ਸੀ ਫਰੋਜਪੁਰ ਤੋਂ 15-16 ਕਿਲੋਮੀਟਰ ਇਹ ਦੂਰੀ ਬਣਦੀ ਹੈ ਜਿੱਥੇ ਤੁਸੀਂ ਇਸ ਵਕਤ ਇਸ ਇਤਿਹਾਸਿਕ ਇਮਾਰਤ ਨੂੰ ਵੇਖ ਰਹੇ ਹੋ ਇਹ ਮিনার ਹੈ ਉੱਚਾ ਮੁਦਕੀ ਪਿੰਡ ਉੱਥੇ ਜਦੋਂ ਫੌਜ ਪਹੁੰਚੀ ਲਾਲ ਸਿੰਘ ਦੀ ਛੋਟੀ ਜੀ ਸਿੱਖ ਸੈਨਾ ਜਿਹਦੇ ਕੋਲ 2000 ਪੈਦਲ ਸੈਨਿਕ 3500 ਘੋੜਸਵਾਰ ਤੇ 20 ਤੋਪਾਂ ਸਨ ਉਹ ਲੈ ਕੇ ਮੁਦਕੀ ਪਹੁੰਚ ਗਿਆ ਇੱਥੇ ਹੀ ਪਹਿਲੀ ਲੜਾਈ ਹੋਈ ਤੇ ਲਾਲ ਸਿੰਘ ਲੜਾਈ ਦੇ ਸ਼ੁਰੂ ਵਿੱਚ ਹੀ ਸਿੱਖ ਸੈਨਾ ਨੂੰ ਛੱਡ ਕੇ ਭੱਜ ਗਿਆ ਸੀ ਸਿੱਖ ਸੈਨਾ ਨੇ ਬੜੇ ਹੀ ਡਟ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਪਰ ਗਿਣਤੀ ਪੁਖੋਂ ਬਹੁਤ ਹੀ ਜ਼ਿਆਦਾ ਘੱਟ ਸਨ ਪਰ ਦੁਸ਼ਮਣਾਂ ਦੇ ਮੁਕਾਬਲੇ ਵਿੱਚ ਆਪਣੀ ਬੜੀ ਘੱਟ ਗਿਣਤੀ ਅਤੇ ਆਪਣੇ ਸੈਨਾਪਤੀ ਦੀ ਗਦਾਰੀ ਦੇ ਕਾਰਨ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਤੇ ਇਹ ਜਿਹੜਾ ਫਿਰੋਜ਼ ਸ਼ਾ ਦਾ ਜਿਹੜਾ ਇਹ ਆਪਾਂ ਵੇਖ ਰਹੇ ਆਂਗੇ ਮিনার ਜਿਹੜੀ ਇਹ ਬਣੀ ਹੋਈ ਹੈ ਤੇ ਇਹਦੇ ਉੱਪਰ ਤਰੀਕ ਵੀ ਜਿਹੜੀ ਇਹ ਲਿਖੀ ਹੋਈ ਮਿਲ ਰਹੀ ਹੈ ਮਹੀਨਾ ਪੋ ਲਿਖਿਆ ਤੇ ਤਰੀਖ 21 ਸੰਬਤ ਇਹ 1902 ਦੀ ਇਸ ਨੂੰ ਇਹ ਬਣਾਇਆ ਗਿਆ ਜਦੋਂ ਉਸਾਰੀ ਗਈ ਹੈ ਮਹਾਨ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਇਹ ਮਹਾਨ ਯਾਦਗਾਰ ਤੇ ਪਰ ਇਸ ਦੀ ਜਿਹੜੀ ਹਾਲਤ ਹੈ ਉਹ ਖਰਾਬ ਹੋ ਰਹੀ ਹੈ ਜਿਵੇਂ ਪੰਜਾਬ ਸਰਕਾਰ ਦਾ ਪ੍ਰਾਤਤਵ ਵਿਭਾਗ ਇਸ ਨੂੰ ਸੰਭਾਲ ਰਿਹਾ ਹੈ ਤੇ ਜੇ ਆਪਾਂ ਵੇਖੀਏ ਇਸ ਦੀਆਂ ਜਿਹੜੀਆਂ ਇੱਟਾਂ ਨੇ ਉਹਨਾਂ ਦਾ ਰੂਪ ਜੇ ਆਪਾਂ ਇੱਥੋਂ ਵੇਖ ਲਈਏ ਤੇ ਮੈਂ ਇਧਰਲੇ ਪਾਸੇ ਜਾਣਾ ਆ ਆਪਾਂ ਵੇਖ ਸਕਦੇ ਆਂਗੇ ਇਹ ਸਾਰਾ ਜਿਹੜਾ ਚੂਨਾ ਪੱਥਰ ਮਿਲਾ ਕੇ ਸਿਮਿੰਟ ਤਾਂ ਨਹੀਂ ਕਹ ਸਕਦੇ ਚੂਨਾ ਜਿਹੜਾ ਮਿਲਾ ਕੇ ਇਸ ਇਮਾਰਤ ਨੂੰ ਤਿਆਰ ਕੀਤਾ ਗਿਆ ਕਦੇ ਕਿਸੇ ਵੇਲੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਜਦੋਂ ਆਪਾਂ ਮੋਗੇ ਤੋਂ ਫਿਰੋਜ਼ਪੁਰ ਨੂੰ ਜਾਂਦੇ ਆਂ ਤਾਂ ਫਿਰੋਜ਼ਪੁਰ ਤੋਂ 14-15 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈ ਫਿਰੋਜ਼ਸ਼ਾ ਤੇ ਉੱਤੋਂ ਵੀ ਤੁਸੀਂ ਵੇਖ ਸਕਦੇ ਹੋ ਇਸ ਮিনার ਦੇ ਉੱਪਰ ਤਰੇਡ ਬਹੁਤ ਵੱਡੀ ਆ ਚੁੱਕੀ ਹੈ ਤੇ ਇਸ ਦੀ ਉਸਾਰੀ ਕਰਨੀ ਕੋਈ ਬਹੁਤਾ ਮਹਿੰਗਾ ਕਾਰਜ ਵੀ ਨਹੀਂ ਤੇ ਪੰਜਾਬ ਸਰਕਾਰ ਜਿਹੜੀ ਕਿ ਇੱਕ ਪਾਸੇ ਟੂਰਿਜ਼ਮ ਨੂੰ ਵਾਦਾ ਕਰਨ ਦੀ ਗੱਲਾਂ ਕਰਦੇ ਨੇ ਕਿ ਇੱਥੇ ਟੂਰਿਸਟ ਆਉਣ ਲੋਕ ਘੁੰਮਣ ਫਿਰਨ ਆਉਣ ਤੇ ਜੇਕਰ ਅਸੀਂ ਆਪਣੀ ਵਿਰਾਸਤਾਂ ਨੂੰ ਸੰਭਾਲਾਂਗੇ ਹੀ ਨਹੀਂ ਤਾਂ ਘੁੰਮਣ ਕਿਸ ਨੇ ਆਉਣਾ ਸੋ ਜਿਸ ਤਰ੍ਹਾਂ ਦੀ ਇਹਦੀ ਹਾਲਤ ਜਿਹੜੀ ਇਹ ਖੰਡਰ ਇਹ ਬਣਦੀ ਜਾ ਰਹੀ ਹੈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਨੇ ਇਸ ਦੀ ਮਹਾਨ ਵਿਰਾਸਤ ਦੀ ਸੰਭਾਲ ਕਰਨੀ ਚਾਹੀਦੀ ਏ ਉਹਨਾਂ ਮਹਾਨ ਯੋਧਿਆਂ ਦੀ ਕਿਉਂਕਿ ਅੰਗਰੇਜ਼ ਜਿਸ ਨੇ ਪੂਰੀ ਦੁਨੀਆ ਜਿੱਤ ਲਈ ਸੀ ਇੱਕ ਪੰਜਾਬ ਹੀ ਸੀ ਜਿਹੜਾ ਉਸ ਤੋਂ ਜਿੱਤਿਆ ਨਹੀਂ ਸੀ ਜਾ ਰਿਹਾ ਤੇ ਮਹਾਰਾ ਰਣਜੀਤ ਸਿੰਘ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਦੋਂ ਕਹਿੰਦੇ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤੇ ਜੇਕਰ ਮਹਾਰਾ ਰਣਜੀਤ ਸਿੰਘ ਜਿੰਨਾ ਚਿਰ ਉਹ ਜਿਉਂਦੇ ਰਹੇ ਨੇ ਤੇ ਜੇਕਰ ਅੱਗੇ ਵੀ ਉਸ ਰਾਜਪਾਕ ਦੀ ਬਾਗਡੋਰ ਸਹੀ ਤਰੀਕੇ ਨਾਲ ਸੰਭਾਲੀ ਜਾਂਦੀ ਤਾਂ ਸ਼ਾਇਦ ਅੰਗਰੇਜ਼ਾਂ ਵਾਸਤੇ ਪੰਜਾਬ ਜਿੰਨਾ بڑا ਮੁਸ਼ਕਲ ਸੀ ਕਿਉਂਕਿ ਇੱਥੋਂ ਦੇ ਲੋਕ ਇਹਨਾਂ ਦੀ ਸੂਰਬੀਰਤਾ ਇਹਨਾਂ ਦੀ ਅਣਖ ਗੈਰਤ ਜਿਹੜੀ ਹੈ ਉਸ ਦੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ ਅੱਜ ਵੀ ਜੇ ਗੱਲ ਕੀਤੀ ਜਾਵੇ ਪੰਜਾਬੀਆਂ ਦੀ ਖਾਸ ਕਰਕੇ ਸਿੱਖ ਕੌਮ ਦੀ ਤਾਂ ਦੁਨੀਆ ਦੇ ਹਕੋਨੇ ਕੋਨੇ ਦੇ ਵਿੱਚ ਵਸੇ ਹੋਏ ਨੇ ਤੇ ਬੜੀ ਆਣ ਸ਼ਾਨ ਮਾਣ ਨਾਲ ਰਹਿ ਰਹੇ ਨੇ ਪੰਜਾਬ ਸਰਕਾਰ ਨੂੰ ਜਰੂਰ ਇਧਰ ਉਪਰਾਲਾ ਕਰਨਾ ਚਾਹੀਦਾ ਹੈ ਇਸ ਖਰਾਬ ਹੋ ਰਹੀ ਜਿਹੜੀ ਵਿਰਾਸਤ ਇਸ ਨੂੰ ਸੰਭਾਲਣਾ ਚਾਹੀਦਾ ਹੈ ਕੈਮਰਾਮੈਨ ਬਿੰਦਰ ਤੂਰ ਲਖਮੀਰਵਰ ਵਾਲਾ ਨਾਲ ਮੈਂ ਸਹਿਬ ਸਿੰਘ ਵਿਰਕ ਲੋਹਾਰ ਮਾਜਰਾ ਦਿਓ ਯਾਤ ਬਹੁਤ ਬਹੁਤ ਧੰਨਵਾਦ